ਉਸੇ ਦਿਨ ਹੀ ਸਿਡਨੀ ਦੇ ਸਕੂਲ 'ਚ ਸਿੱਖ ਲੜਕੇ ਵੱਲੋਂ ਦੂਸਰੇ ਲੜਕੇ ਦੇ ਕਿਰਪਾਨ ਨਾਲ ਜ਼ਖਮੀ ਕਰਨ ਤੋਂ ਬਾਅਦ ਕਿਰਪਾਨ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਅਤੇ ਹੋਰ ਸੰਸਥਾਵਾਂ ਦੇ ਸਾਂਝੇ ਉੱਦਮ ਨਾਲ ਸਰਕਾਰ ਦੁਆਰਾ ਇਹ ਕਿਰਪਾਨ ਪਾਉਣ ਦੀ ਮੰਗ ਬਹਾਲ ਕਰਨ ਜਾ ਰਹੀ ਹੈ। ਇਸ ਸੰਬੰਧੀ ਸਰਕਾਰ ਨੇ ਆਪਣੀ ਰਾਏ ਭੇਜਣ ਲਈ ਕਿਹਾ। NSW ਸਿੱਖਿਆ ਵਿਭਾਗ ਦੀ ਇੱਕ ਸਖਤ ਨੀਤੀ ਹੈ ਜੋ ਦੱਸਦੀ ਹੈ ਕਿ ਸਿਹਤ ਅਤੇ ਸੁਰੱਖਿਆ ਦੇ ਜੋਖਮਾਂ ਨੂੰ ਦੂਰ ਕਰਨ ਜਾਂ ਘੱਟ ਕਰਨ ਲਈ ਵਰਕ ਹੈਲਥ ਐਂਡ ਸੇਫਟੀ ਐਕਟ 2011 ਅਧੀਨ ਕਾਨੂੰਨੀ ਜ਼ਿੰਮੇਵਾਰੀਆਂ ਅਨੁਸਾਰ ਸਕੂਲ 'ਚ ਕਿਸੇ ਵੀ ਹਥਿਆਰ ਦੀ ਆਗਿਆ ਨਹੀਂ ਹੈ। ਸੰਖੇਪ ਅਪਰਾਧ ਐਕਟ 1988 ਦੇ ਅਨੁਸਾਰ ਧਾਰਮਿਕ ਉਦੇਸ਼ਾਂ ਲਈ ਚਾਕੂਆਂ ਨੂੰ ਕਾਨੂੰਨੀ ਛੋਟ ਦਿੱਤੀ ਗਈ ਹੈ ਜਿਸ 'ਚ ਕਿਰਪਾਨ ਛੋਟੀ ਹੋਵੇਗੀ ਭਾਵ ਬਲੇਡ ਸਾਈਜ਼ ਕਿਰਪਾਨ ਤਿੱਖੀ ਨਹੀਂ ਹੋ ਸਕਦੀ ਬਜਵੀਂ ਹੋਵੇਗੀ ਤਾਂ ਕਿ ਵਰਤੋਂ ਨਾ ਕੀਤੀ ਜਾ ਸਕੇ। ਕਿਰਪਾਨ ਕੱਪੜਿਆਂ ਦੇ ਹੇਠਾਂ ਤੋਂ ਪਹਿਨੀ ਜਾਵੇਗੀ ਦੂਸਰਿਆਂ ਨੂੰ ਦਿਖਾਈ ਨਹੀਂ ਦਿੱਤੀ ਜਾਣੀ ਚਾਹੀਦੀ ਖੇਡਣ ਜਾਂ ਹੋਰ ਜਿਸਮਾਨੀ ਗਤੀਵਿਧੀਆਂ ਦੌਰਾਨ ਕਿਰਪਾਨ ਉਤਾਰ ਕੇ ਸਾਂਭ ਕੇ ਰੱਖੀ ਜਾਵੇਗੀ ਜਾਂ ਸਰੀਰ ਦੇ ਨਾਲ ਸਾਂਭੀ ਜਾਵੇਗੀ। ਅੰਮ੍ਰਿਤਧਾਰੀ ਵਿਦਿਆਰਥੀਆਂ ਲਈ ਜ਼ਰੂਰੀ ਹੈ ਕਿ ਉਹ ਸੁਚੱਜੇ ਤਰੀਕੇ ਨਾਲ ਸਾਬਿਤ ਕਰੇ ਕਿ ਉਸ ਨੂੰ ਇਹਨਾਂ ਨਿਰਦੇਸ਼ਾਂ ਦਾ ਗਿਆਨ ਹੈ ਅਤੇ ਅਮਲ ਕਰਦਾ ਹੈ। ਕਿਸੇ ਵੀ ਤਰ੍ਹਾਂ ਦੀ ਵਧੇਰੇ ਢੁਕਵੀਂ ਸੁਰੱਖਿਆ ਜਾਣਕਾਰੀ ਨੂੰ ਵਿਦਿਆਰਥੀਆਂ ਜਾਂ ਮਾਪੇ ਜਾਂ ਵਾਰਸਾਂ ਨਾਲ ਸਾਂਝੀ ਕੀਤੀ ਜਾਵੇਗੀ।